ਅੱਜ ਜ਼ਿਲ੍ਹਾ ਮੋਗਾ ਦੀ ਤਹਿਸੀਲ ਧਰਮਕੋਟ ਵਿਖੇ ਸਥਿਤ ਗੁਰਦੁਆਰਾ ਸਾਹਿਬ ਭਾਈ ਲਾਲੋ ਜੀ ਵਿਖੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨਾਲ ਇੱਕ ਵੱਖਰੀ ਤਰ੍ਹਾਂ ਦੀ ਲੁੱਟ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਕੋਰੋਨਾ ਵਾਇਰਸ ਦੌਰਾਨ ਚੱਲ ਰਹੇ ਲਾਕਡਾਊਨ ਦੇ ਸਮੇਂ ਵਿੱਚ ਇੱਕ ਸਾਧ ਜਿਸਦਾ ਨਾਮ ਮਨਵੀਰ ਸਿੰਘ ਸੀ ਆਇਆ ਅਤੇ ਗੁਰਦੁਆਰਾ ਸਾਹਿਬ ਵਿਖੇ ਸੇਵਾ ਕਰਨ ਲੱਗਿਆ। ਕੁਝ ਦਿਨ ਸੇਵਾ ਕਰਨ ਉਪਰੰਤ ਉਸ ਵੱਲੋਂ ਕੀ ਕੀਤਾ ਗਿਆ, ਸੁਣੋ ਪ੍ਰਬੰਧਕਾਂ ਦੀ ਜ਼ੁਬਾਨੀ। ਮੇਰਾ ਨਾਮ ਸਵਰਨ ਸਿੰਘ ਹੈ ਜੀ, ਮੈਂ ਇੱਥੇ ਗੁਰਦੁਆਰਾ ਸਿੰਘ ਆਪਣੇ ਭਾਈ ਲਾਲੂ ਜੀ ਵਿਖੇ ਰਹਿ ਰਿਹਾ ਹਾਂ। ਇਹ ਮੇਰਾ ਆਪਣਾ ਮਕਾਨ ਹੈ, ਇਹਦੇ ਵਿੱਚ ਗੁਰਦੁਆਰਾ ਤਮਿਲ ਕੀਤਾ ਹੋਇਆ। ਇਹ ਮਨਵੀਰ ਸਿੰਘ ਕੁਛ ਦਿਨ ਪਹਿਲਾਂ ਇੱਥੇ ਆਇਆ, ਆ ਕੇ ਇੱਥੇ ਆਪਣੇ ਮੈਨੂੰ ਰਹਿਣ ਲੱਗ ਪਿਆ ਮੇਰੇ ਨਾਲ, ਅਤੇ ਮੇਰਾ ਸਮਾਨ ਮੇਰਾ ਇਲਾਜ ਕਰਾਉਣ ਲੱਗ ਪਿਆ, ਚੱਕੀ ਫਿਰਦਾ ਰਿਹਾ, ਅਤੇ ਮੈਂ ਬਹੁਤ ਦੁਖੀ ਸੀਗਾ। ਅਤੇ ਉਸ ਤੋਂ ਬਾਅਦ ਇੱਥੇ ਰਹਿ ਮੇਰੇ ਕਾਗਜ਼ ਪੱਤਰ ਨੇ ਸਾਰੇ ਚੋਰੀ ਕਰ ਲਏ, ਜੋ ਡਾਕੂਮੈਂਟ ਸੀ ਉਹ ਵੀ ਚੋਰੀ ਕਰ ਲਿਆ, FDs ਅਤੇ ਜੋ ਵੀ ਮੇਰਾ ਹੋਰ ਕਾਗਜ਼ ਪੱਤਰ ਜ਼ਰੂਰੀ ਸਰਕਾਰੀ ਮੇਰੇ ਆਪਦੇ ਫੌਜ ਦੇ ਕਾਗਜ਼ ਉਹ ਵੀ ਇਹਨੇ ਆਪਦੇ ਬੈਂਕਟ ਦੇ ਵਿੱਚ ਪਾ ਲਏ। ਅਤੇ ਹੁਣ ਬਾਅਦ 'ਚ ਪਤਾ ਲੱਗਿਆ, ਇੱਕ ਦਿਨ ਮੈਂ ਇੱਥੇ ਕਿਹਾ ਮੇਰੇ ਕਾਗਜ਼ ਬਾਬੂ ਆਪਣੀ ਸੰਗਤ ਨੂੰ ਕਿਹਾ ਮੇਰੇ ਕੋਲ ਕਾਗਜ਼ ਦਵਾਈ, ਉੱਧਰ ਇਹਨੇ ਬਹੁਤ ਇੱਥੇ ਹਜੂਮ ਇਕੱਠਾ ਕਰਕੇ ਅਤੇ ਮੈਨੂੰ ਝੂਠਾ ਕੀਤਾ ਅਤੇ ਕਾਗਜ਼ ਮੇਰੇ ਸਾੜ ਦਿੱਤੇ, ਸਾਰੇ ਜ਼ਰੂਰੀ ਕਾਪੀਆਂ ਬੈਂਕ ਦੀਆਂ ਜੋ ਵੀ ਸੀ ਸਭ ਸਾੜ ਦਿੱਤੀਆਂ, ਅੱਗ ਲਾ ਦਿੱਤੀਆਂ ਇਹਨਾਂ ਨੇ। ਅਤੇ ਉਸ ਤੋਂ ਬਾਅਦ ਸਗਾ ਮੈਨੂੰ ਵੀ ਝੂਠਾ ਕੀਤਾ, ਆਪ ਸੱਚਾ ਬਣਿਆ, ਸਾਰੇ ਮੈਨੂੰ ਗੱਲ ਪੈਂਦੇ ਮੇਰੇ ਇਹਨੇ ਬੰਦੇ ਇੱਥੇ ਬੈਠੇ ਸੀ, ਬਾਬਾ ਅਮਰਜੀਤ ਵੀ ਆਇਆ ਹੋਇਆ ਸੀ ਉਹ ਵੀ। ਅਤੇ ਫਿਰ ਹੁਣ ਜਦੋਂ ਹੁਣ ਕਾਗਜ਼ ਇਹਨਾਂ ਸੰਗਤ ਨੇ ਦਵਾਏ ਆ, ਕਾਗਜ਼ ਸਾਰੇ ਸਾੜੇ ਹੋਏ ਆ, ਮੇਰੇ ਖਜ਼ਾਨੇ ਆਪਣੇ ਬੈਂਕ ਦੇ ਵਿੱਚ ਕੋਈ ਪੈਸਾ ਨਹੀਂ, ਸਿਰਫ ਇੱਕ ਮਿੰਟ ਦੀ ਪੈਨਸ਼ਨ ਖੜ੍ਹੀ ਸੀ ਉਹਦੇ 'ਚ, ਹੋਰ ਕੋਈ ਪੈਸਾ ਨਹੀਂ, ਜਮ੍ਹਾਂ 4 ਬੈਂਕ 5 ਬੈਂਕਾਂ ਦਾ ਡਾਕਖਾਨੇ ਸਿਰਫ 5 ਸੀਗਾ, ਸਾਰੇ ਸਾਫ਼ ਹੋ ਗਿਆ ਜੀ। ਕੋਈ ਵੀ ਮੇਰਾ ਜੀ 32 ਲੱਖ ਰੁਪਈਆ ਅੰਦਾਜ਼ਾ ਸੀ ਜੀ, ਉਹ ਘੱਟ ਵੀ ਸਕਦਾ ਵੱਧ ਵੀ ਸਕਦਾ। ਹਾਂਜੀ, ਸੈਣ ਦੀ ਕਿਵੇਂ ਕਰਾ ਲਈ, ਲੈ ਜਾਂਦਾ ਰਿਹਾ, ਕਦੇ ਕਦੇ ਬਹਾ ਲਿਆ, ਕਦੇ ਦੂਰ ਬਹਾ ਦੇਣਾ, ਪਿੱਛੇ ਉਹ ਮੂਹਰੇ ਰੱਖ ਦੇਣਾ ਮੁਕਤਸਰ ਭਰ ਕੇ, ਮੈਂ ਅੱਖਾਂ ਤੋਂ ਨਿਕਾਹ ਨਹੀਂ, ਮੇਰੀ ਕੰਮ ਨਹੀਂ ਕਰਦੀ। ਮੈਂ ਕਿਤੇ ਕਿਤੇ ਲੈ ਜਾਂਦਾ ਜੀ, ਹਮੇਸ਼ਾ ਨਹੀਂ ਸਾਰੇ ਸੈਣ ਮੇਰੇ ਨਹੀਂ ਹੋਣਗੇ। ਹਾਂਜੀ, ਲੈ ਜਾਂਦਾ ਰਿਹਾ ਬੈਂਕ ਦੇ ਵਿੱਚ ਉਹ। ਹਾਂਜੀ, ਉਸ ਨੇ ਹੇਰਾ ਫੇਰੀ ਦੇ ਨਾਲ ਕਰਾਇਆ ਪੈਸੇ ਜੀ, ਬੈਂਕ ਦੇ ਰਲੀ ਭੁਗਤ ਦੇ ਨਾਲ ਕਰਾਇਆ। ਮੈਨੂੰ ਨਹੀਂ ਪਤਾ ਜੀ, ਮੈਂ ਜਾਣਦਾ, ਮੈਂ ਖੋਸੇ ਦੇਖਿਆ ਜੀ ਇਹਨਾਂ ਨੂੰ, ਖੋਸੇ ਦੇਖਿਆ ਬਾਬਿਆਂ ਕੋਲ ਉੱਥੇ ਉਹਨਾਂ ਸਟੇਜ 'ਤੇ, ਉਦੋਂ ਬਾਅਦ ਇੱਕ ਦਰਗਾ ਲੈਣ ਆਇਆ ਤਾਂ ਮੈਂ ਉਦੋਂ ਦੇਖਿਆ, ਹੁਣ ਪਤਾ ਲੱਗਿਆ ਜੀ ਆਪਣਾ ਇਹ ਲੰਗਿਆਣਾ ਜੀ। ਹਾਂਜੀ, ਪ੍ਰਸ਼ਾਸਨ ਮੰਗ ਸਾਡੇ ਸਾਨੂੰ ਆਪਣਾ ਇਨਸਾਫ ਮਿਲਣਾ ਚਾਹੀਦਾ ਜੀ, ਇਹਨੂੰ ਜ਼ਿਆਦਾ ਜ਼ਿਆਦਾ ਜਿਹੜੀ ਸਜ਼ਾ ਉਹ ਹੋਣੀ ਚਾਹੀਦੀ ਆ, ਇਹਨੂੰ ਜੋ ਵੀ ਨੁਕਸਾਨ ਕਰ ਗਿਆ ਉਹਦਾ ਸਜ਼ਾ ਦਾ ਇਹਨੂੰ ਹੱਕਦਾਰ ਹੈ, ਅਤੇ ਮੈਨੂੰ ਆਪਣਾ ਇਨਸਾਫ ਮਿਲਣਾ ਚਾਹੀਦਾ ਜੀ। ਮੇਰਾ ਨਾਮ ਅਰਸ਼ਦੀਪ ਸਿੰਘ, ਸਨ ਆਫ ਨਿਰਮਲ ਸਿੰਘ, ਪਿੰਡ ਧਰਮਕੋਟ, ਅਸੀਂ ਇੱਥੋਂ ਦੇ ਵਾਸੀ ਹਾਂ, ਸ਼ੁਰੂ ਤੋਂ ਰਹਿਣ ਵਾਲੇ ਹਾਂ। ਸਾਡੇ ਨੇੜੇ ਪਿੰਡ ਹੈ, ਗੁਰਦੁਆਰਾ ਹੈ ਭਾਈ ਲਾਲੋ ਦਾ, ਜਿੱਥੇ ਸਵਰਨ ਸਿੰਘ ਉਸ ਦੇ ਮਾਲਕ ਹਨ, ਅਤੇ ਉੱਥੇ ਇੱਕ ਸੰਤ ਜੀ ਬਣ ਕੇ ਆਏ ਸਨ, ਬਾਬਾ ਜੀ ਜੋ ਆਪਣੇ ਆਪ ਨੂੰ ਖੋਸਿਆ ਸੰਤਾਂ ਦਾ ਸੇਵਾਦਾਰ ਦੱਸਦਾ ਸੀ, ਅਤੇ ਜੋ 20 ਤਰੀਕ ਨੂੰ, ਜਦੋਂ ਲੋਕਡਾਊਨ ਹੋ ਰਿਹਾ ਹੁੰਦਾ ਹੈ, ਹੋ ਗਿਆ ਹੁੰਦਾ ਹੈ, 20 ਤਰੀਕ 20 ਮਾਰਚ ਨੂੰ ਇੱਥੇ ਭਾਈ ਲਾਲੋ ਜੀ ਦੇ ਗੁਰਦੁਆਰੇ ਆਉਂਦਾ ਹੈ, ਅਤੇ ਬਾਬਾ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਖੋਸਿਆ ਸੰਤਾਂ ਗੁਰਮੀਤ ਸਿੰਘ ਨੇ ਭੇਜਿਆ ਹੈ ਸੇਵਾ ਵਾਸਤੇ, ਅਤੇ ਉਹ ਬਾਬਾ ਜੀ ਦੀ ਪੈਰੋਪਕਾਰੀ ਕਰਦਾ ਹੈ, ਸੇਵਾ ਕਰਦਾ ਹੈ, ਅਤੇ ਇੱਥੋਂ ਸਾਰੇ ਨਗਰ ਦਿਲ ਜਿੱਤ ਲੈਂਦਾ ਹੈ। ਉਸ ਤੋਂ ਬਾਅਦ ਇਸ ਨੇ ਮੇਰੇ ਨਾਲ ਧੋਖਾ ਕੀਤਾ ਹੈ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਹਾਂ ਕਿ ਮੇਰੀ ਪੈਲੀ ਬਿੱਲਾ ਢਾਬੇ ਵਾਲੇ ਦੀ, ਜੋ ਇਸ ਵੇਲੇ ਢਾਬਾ ਹੈ, ਉਹ ਮੇਰੀ ਪੈਲੀ ਸੀ, ਅਰਸ਼ਦੀਪ ਸਨ ਆਫ ਨਿਰਮਲ ਸਿੰਘ ਦੇ ਨਾਂ 'ਤੇ, ਜੋ ਮੈਂ 2008 ਅਤੇ 2010 ਦੇ ਵਿੱਚ ਵੇਚ ਚੁੱਕਾ ਸੀਗਾ। ਉਸ ਤੋਂ ਬਾਅਦ ਇਸ ਨੇ ਮੇਰੇ ਰਿਸ਼ਤੇਦਾਰਾਂ ਨੂੰ, ਕਈਆਂ ਨੂੰ ਭਰਮਾਇਆ, ਅਤੇ ਮੈਨੂੰ ਆ ਕੇ ਘਰ ਕਹਿੰਦਾ ਹੈ ਕਿ ਤੇਰਾ ਭਾਈ ਚੈੱਕ ਹੈ ਜੋ ਸਰਕਾਰ ਦੇ ਘਰ ਪਿਆ ਹੈ, ਅਤੇ ਉਸ ਦਾ ਜੋ ਬਿਆਨਾ ਤੁਸੀਂ ਪੈਲੀ ਵੇਚੀ ਹੈ ਉਹ ਵਾਪਸ ਕਰਨਾ ਪਵੇਗਾ। ਉਸ ਤੋਂ ਬਾਅਦ ਜੋ ਤੁਹਾਨੂੰ ਚੈੱਕ ਹੈ ਮੈਂ ਦਵਾਵਾਂਗਾ, 1,89,00,000 ਦਾ, ਪਰ ਪਹਿਲਾਂ ਤੁਹਾਨੂੰ ਬਿਆਨਾ ਵਾਪਸ ਕਰਨਾ ਪਵੇਗਾ, ਜਿਸ ਦੇ ਵਾਸਤੇ ਤੁਹਾਨੂੰ 15,00,000 ਰੁਪਈਆ ਜਮ੍ਹਾਂ ਕਰਾਉਣਾ ਪਵੇਗਾ, ਅਤੇ ਉਹ ਤੁਹਾਨੂੰ ਕਰਾਉਣਾ ਪਵੇਗਾ। ਉਸ ਤੋਂ ਬਾਅਦ ਇਸ ਨੇ ਇਹ ਵੀ ਮੰਨਿਆ ਵੀ ਸੀਗਾ ਮੇਰੇ ਰਿਸ਼ਤੇਦਾਰਾਂ ਕੋਲ ਕਿ ਮੈਂ ਸਾਰੇ ਪੈਸੇ ਇਹਨਾਂ ਦੇ ਰੱਖਾਂਗਾ, ਅਤੇ ਇਹਨਾਂ ਤੋਂ ਬਾਅਦ ਵਿੱਚ ਲਵਾਂਗਾ, ਕੱਟ ਲਵਾਂਗਾ। ਉਸ ਤੋਂ ਬਾਅਦ ਕੀ ਹੋਇਆ, ਇਸ ਨੇ ਕਿਹਾ ਜੇ ਅਗਰ ਮੈਂ ਸਾਰੇ ਪੈਸੇ ਰੱਖਦਾ ਹਾਂ ਤਾਂ ਮੈਂ ਉਸ ਦੇ ਵਿੱਚ ਇਨਕੁਆਇਰੀ ਦੇ ਵਿੱਚ ਬੋਲਾਂਗਾ ਕਿ ਹਾਂ ਮਨਵੀਰ ਸਿੰਘ ਤੁਹਾਡਾ ਕੀ ਲੱਗਦਾ ਹੈ, ਸਾਰੇ ਪੈਸੇ ਕਿਉਂ ਰੱਖਦਾ ਹੈ, ਅਤੇ ਇਹ ਕਹਿੰਦਾ ਤੁਸੀਂ ਆਪਣੇ ਰਿਸ਼ਤੇਦਾਰਾਂ ਤੋਂ ਮੰਗਵਾਓ, 2-2 ਲੱਖ ਰੁਪਈਆ 1,00,000 ਰੁਪਈਏ ਦੀ ਐਂਟਰੀਆਂ ਪਵਾਓ, ਜੋ ਕਿ ਤੁਹਾਡੇ ਕੋਰਟ ਦੇ ਵਿੱਚ ਜਾ ਕੇ ਗਵਾਹੀਆਂ ਦੇਣਗੇ ਕਿ ਤੁਹਾਡੇ ਚੈੱਕ ਦੀ ਖਾਤਰ ਇਹਨਾਂ ਨੇ ਵਿੱਚ ਬਿਆਨਾ ਮੋੜਨ ਦੀ ਖਾਤਰ ਸਾਡੇ ਤੋਂ 2-2 ਲੱਖ ਰੁਪਈਆ ਲਿਆ ਹੈ। ਕਿੰਨੀ ਠੱਗੀ ਮਾਰ ਗਿਆ ਕੁੱਲ ਦੱਸੋ? ਕੁੱਲ ਠੱਗੀ 15 ਲੱਖ ਦੀ ਮਾਰ ਚੁੱਕਾ ਹੈ ਸਾਡੀ ਠੱਗੀ। ਕੋਈ ਹੋਰ ਸੋਨਾ ਵੀ ਕੋਈ ਲੱਗ ਗਿਆ? ਹਾਂਜੀ ਹਾਂਜੀ, ਸੋਨਾ ਵੀ ਹੈ, ਜੋ ਇਸਨੇ ਰਸੀਦ ਮਥੂਟ ਫਾਈਨੈਂਸ ਦੇ ਵਿੱਚ ਰੱਖ ਕੇ ਮੈਨੂੰ ਪੈਸੇ ਗਿਣਨ ਲਾ ਤਾ, ਅਤੇ ਰਸੀਦ ਧੋਖੇ ਨਾਲ ਆਪਦੇ ਨਾਂ ਕਰਵਾ ਦਿੱਤਾ, ਜਿਸ 'ਤੇ ਇਸਦਾ ਆਧਾਰ ਕਾਰਡ ਵੀ ਲੱਗਾ ਹੋਇਆ ਹੈ, ਅਤੇ ਉੱਥੋਂ ਦੇ ਗਵਾਹ ਵੀ ਹਨ।
ਮੇਰੇ ਨਾਲ ਹੁਣ ਇਹਦਾ ਪਤਾ ਨਹੀਂ ਲੱਗਦਾ ਕਿੱਥੇ ਆ ਹੁਣ ਇਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਨੰਬਰ ਬੰਦ ਹਨ ਅਤੇ ਮੈਂ ਰਿਪੋਰਟ ਵੀ ਕੀਤੀ ਹੋਏ ਡਿਪਟੀ ਦਫ਼ਤਰ ਧਰਮਕੋਟ ਅਤੇ ਐਸਐਸਪੀ ਦਫ਼ਤਰ ਮੋਗਾ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਮੰਗ ਕਰਦੇ ਹਾਂ ਕਿ ਇਸ ਨੂੰ ਜਲਦ ਤੋਂ ਜਲਦੀ ਫੜਿਆ ਸਾਡਾ ਜੋ ਜਿੰਨਾ ਪੈਸਾ ਹੈ ਸਾਨੂੰ ਵਾਪਸ ਦਿਵਾਇਆ ਜਾਵੇ ਅਤੇ ਇਨਸਾਫ਼ ਦਿਵਾਇਆ ਜਾਵੇ ਪੰਜਾਬ ਦਰਪਣ ਨਿਊਜ਼ ਲਈ ਜ਼ਿਲ੍ਹਾ ਮੋਗਾ ਤੋਂ ਰਾਮ ਸ਼ਰਮਾ ਅਤੇ ਗੁਰਦੇਵ ਖੁਰਾਣਾ ਦੀ ਵਿਸ਼ੇਸ਼ ਰਿਪੋਰਟ